ਇਹ ਇੱਕ ਕਲਾਕਾਰ ਦੀ ਕਹਾਣੀ ਆ ਪਰਿੰਦਾ ਪਾਰ ਗਿਆ ਔਰ ਕਲਾਕਾਰਾਂ ਦੇ ਗਾਣੇ ਅਸੀਂ ਸੁਣਦੇ ਆ ਉਹਨਾਂ ਦੀਆਂ ਫਿਲਮਾਂ ਦੇਖਦੇ ਆ ਪਰ ਉਹਨਾਂ ਦੇ ਪਰਦੇ ਦੇ ਪਿੱਛੇ ਦੀ ਜ਼ਿੰਦਗੀ ਲਈ ਅਸੀਂ ਸਾਰੇ ਮੈਂ ਵੀ ਬਹੁਤ ਜਿਨ੍ਹਾਂ ਨੂੰ ਮੈਂ ਫਾਲੋ ਕਰਦਾ ਮੈਨੂੰ ਵੀ ਹੁੰਦਾ ਯਾਰ ਇਹਨਾਂ ਦੀ ਪਰਸਨਲ ਲਾਈਫ ਕਿੱਦਾਂ ਦੀ ਰਹੀ ਆ ਸੋ ਕਿਵੇਂ ਇੱਕ ਕਲਾਕਾਰ ਬਣਦਾ ਹੈ ਇੱਕ ਬੰਦਾ ਔਰ ਸਟਾਰ ਬਣਨ ਤੋਂ ਬਾਅਦ ਉਹ ਕੀ ਫੀਲ ਕਰਦਾ ਹੈ ਤਾਂ ਇਹ ਜਿਹੜੀਆਂ ਜੜੀਆਂ ਅਣਛੂਈਆਂ ਪਹਿਲੂ ਨੂੰ ਜਿਹੜੇ ਆ ਇਸ ਫਿਲਮ ਤੋਂ ਦੇਖਣ ਨੂੰ ਮਿਲਣਗੇ ਮੈਂ ਆਪ ਬੋਰ ਹੋ ਜਾਂਦਾ ਸੇਮ ਸੇਮ ਤਰ੍ਹਾਂ ਦਾ ਕੰਮ ਕਰਕੇ ਨਾ ਤੇ ਮੈਨੂੰ ਬੜਾ ਸ਼ੌਕ ਹੈ ਐਕਸਪੈਰੀਮੈਂਟ ਕਰਨ ਦਾ ਲੁੱਕ ਦੇ ਨਾਲ ਫਿਲਮ ਦੀ ਮਤਲਬ ਫਿਲਮ ਇਹ ਸਭ ਚੀਜ਼ਾਂ ਨਾਲ ਮੈਨੂੰ ਲੱਗਦਾ ਕਿ ਯਾਰ ਸਿਨੇਮਾ ਕਹਿੰਦੇ ਹੀ ਇਸ ਨੂੰ ਹੈ ਨਾ ਕਿ ਅਸਲ ਜ਼ਿੰਦਗੀ ਦਾ ਪਰਛਾਵਾਂ ਉਹਦੇ ਤੇ ਨਹੀਂ ਪੈਣਾ ਚਾਹੀਦਾ ਮੈਂ ਤੇ ਰੂਪੀ ਪਹਿਲੀ ਵਾਰ ਆਫਟਰ ਡਾਇਮੰਡ ਅਸੀਂ ਕਦੀ ਉਸ ਤੋਂ ਬਾਅਦ ਕੋਈ ਗਾਣਾ ਨਹੀਂ ਕੀਤਾ ਕੋਈ ਫਿਲਮ ਨਹੀਂ ਕੀਤੀ ਸਦਾ ਅਸੀਂ ਫਿਲਮ ਕਰ ਰਹੇ ਹਾਂ ਤੇ ਰੂਪੀ ਵੀ ਬਹੁਤ ਐਕਸਾਈਟਡ ਹੈ ਵੀ ਬਹੁਤ ਖੁਸ਼ ਹੈ ਮੈਨੂੰ ਇਹ ਲੱਗਦਾ ਹੈ ਕਿ ਇੱਕ ਕਲਾਕਾਰ ਇੱਕ ਆਰਟਿਸਟ ਜਦੋਂ ਇੱਕ ਸਕ੍ਰਿਪਟ ਸੁਣਦਾ ਨਾ ਉਹਦੇ ਲਈ ਉਹ ਉਦੋਂ ਹੀ ਸੁਪਰ ਹਿੱਟ ਹੁੰਦੀ ਹੈ ਉਹ ਫੇਰ ਹੀ ਉਹਦੇ ਤੇ ਕੰਮ ਕਰਦਾ ਫੇਰ ਹੀ ਉਹਨੇ ਇੰਨੀ ਮਿਹਨਤ ਕਰਦਾ ਤੇਰੇ ਗੁੱਟ ਨੂੰ ਕੜਾ ਸਰਦਾਰ ਦੀਏ ਡਾਇਮੰਡ ਦੀ ਝਾਂਜਰ ਪਾ ਦਾਂਗੇ ਜੀ ਸੁਪਰ ਹਿੱਟ ਜੋੜੀ ਗੁਰਨਾਮ ਪੁੱਲਰ ਤੇ ਰੂਪੀ ਗਿੱਲ ਜਿਹੜੇ ਕਿ ਹੁਣ ਨਵੀਂ ਮੂਵੀ ਵਿੱਚ ਨਜ਼ਰ ਆਉਣ ਵਾਲੇ ਨੇ ਪਰਿੰਦਾ ਪਾਰ ਗਿਆ ਤੇ ਮੇਰੇ ਨਾਲ ਗੁਰਨਾਮ ਭੁੱਲਣ ਨੇ ਉਹਨਾਂ ਨਾਲ ਗੱਲਬਾਤ ਕਰਨ ਨੇ ਕੀ ਖਾਸ ਲੈ ਕੇ ਆਏ ਨੇ ਇਸ ਮੂਵੀ ਵਿੱਚ ਸਰ ਕੀ ਖਾਸ ਲੈ ਕੇ ਆਏ ਮੂਵੀ ਵਿੱਚ ਜੀ ਸਤਿ ਸ਼੍ਰੀ ਅਕਾਲ ਸਰ ਇਹ ਇੱਕ ਕਲਾਕਾਰ ਦੀ ਕਹਾਣੀ ਆ ਪਰਿੰਦਾ ਪਾਰ ਗਿਆ ਔਰ ਕਲਾਕਾਰਾਂ ਦੇ ਗਾਣੇ ਅਸੀਂ ਸੁਣਦੇ ਆ ਉਹਨਾਂ ਦੀਆਂ ਫਿਲਮਾਂ ਦੇਖਦੇ ਆ ਪਰ ਉਹਨਾਂ ਦੇ ਪਰਦੇ ਦੇ ਪਿੱਛੇ ਦੀ ਜ਼ਿੰਦਗੀ ਲਈ ਅਸੀਂ ਸਾਰੇ ਮੈਂ ਵੀ ਬਹੁਤ ਜਿਨ੍ਹਾਂ ਨੂੰ ਮੈਂ ਫਾਲੋ ਕਰਦਾ ਮੈਨੂੰ ਵੀ ਹੁੰਦਾ ਯਾਰ ਇਹ ਇਹਨਾਂ ਦੀ ਪਰਸਨਲ ਲਾਈਫ ਕਿੱਦਾਂ ਦੀ ਰਹੀ ਆ ਸੋ ਕਿਵੇਂ ਇੱਕ ਕਲਾਕਾਰ ਬਣਦਾ ਇੱਕ ਬੰਦਾ ਔਰ ਸਟਾਰ ਬਣਨ ਤੋਂ ਬਾਅਦ ਉਹ ਕੀ ਫੀਲ ਕਰਦਾ ਹੈ ਤਾਂ ਇਹ ਜਿਹੜੀਆਂ ਜਿਹੜੀਆਂ ਅਣਛੁਈਆਂ ਪਹਿਲੂ ਨੂੰ ਜਿਹੜੇ ਆ ਇਸ ਫਿਲਮ ਤੋਂ ਦੇਖਣ ਨੂੰ ਮਿਲਣਗੇ ਜੀ ਬਨਾਮ ਪੁੱਲਰ ਦੀ ਗੱਲ ਕਰੀ ਤੇ ਵਾਟਸਾਪ ਪੰਜਾਬ ਤੋਂ ਤੁਹਾਨੂੰ ਮંચ ਮਿਲਿਆ ਸੀਗਾ ਉਸੇ ਵਾਰ ਕੀ ਕਿਹਾ ਚੰਗਾ ਜੀ ਉਹ ਬੜਾ ਪਿਆਰਾ ਟਾਈਮ ਸੀ ਮੈਂ ਮੈਨੂੰ ਐਂ ਲੱਗਦਾ ਕਿ ਥੋੜਾ ਸਟਰਗਲਿੰਗ ਟਾਈਮ ਜਿਹੜਾ ਉਹਨਾ ਉਹ ਤੁਹਾਡੇ ਸਾਰੀ ਉਮਰ ਕੰਮ ਆਉਂਦਾ ਉਤੋਂ ਦੀ ਹਾਂ ਹਮੇਸ਼ਾ ਯਾਦ ਰਹਿੰਦਾ ਜੀ ਹਰ ਪਲ ਤੁਸੀਂ ਐਂ ਤੁਹਾਨੂੰ ਲੱਗਦਾ ਕਿ ਯਾਰ ਉਹ ਤਾਂ ਜੇ ਕੱਲ ਦੀ ਗੱਲ ਹੈ ਕਿ ਮੈਂ ਕੱਲ ਲਾਈਨਾਂ 'ਚ ਖੜਾ ਸੀ ਆਡੀਸ਼ਨ ਦੇ ਰਿਹਾ ਸੀ ਔਰ ਅੱਜ ਸੱਚੇ ਪਾਤਸ਼ਾਹ ਨੇ ਇੱਥੋਂ ਤੱਕ ਪਹੁੰਚਾਤਾ ਤੇ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਕੜ-ਕੜ ਕੇ ਸਟਰਗਲ ਕਰਕੇ ਅੱਗੇ ਆਉਂਦਾ ਉਹਨੂੰ ਉਹਨੂੰ ਕਾਮਯਾਬੀ ਦਾ ਸਵਾਦ ਜ਼ਿਆਦਾ ਆਉਂਦਾ ਉਹ ਜ਼ਿਆਦਾ ਇੰਜੋਏ ਕਰਦਾ ਉਹਨੂੰ ਕੀਮਤ ਜ਼ਿਆਦਾ ਪਤਾ ਹੁੰਦੀ ਹੈ ਕਿ ਇਹ ਕਾਮਯਾਬੀ ਕੀ ਹੈ ਹਮ ਬਹੁਤ ਸਰੀ ਫਿਲਮਾਂ ਤੋ ਹੀ ਕੀਤੀਆਂ ਨੇ ਬੜੇ ਸਿੰਪਲ ਲੁੱਕ ਚ ਨਜ਼ਰ ਆਏ ਹੋ ਇਸ ਮੂਵੀ ਵਿੱਚ ਕੋਈ ਖਾਸ ਰੌਕ ਸਟਾਰ ਨਜ਼ਰ ਆ ਰਹੇ ਹੋ ਜੀ ਇਹ ਫਿਲਮ ਇੱਕ ਮਤਲਬ ਮੈਂ ਹਮੇਸ਼ਾ ਹੀ ਯਾਰ ਐਕਚੁਅਲੀ ਨਾ ਮੈਂ ਆਪ ਬੋਰ ਹੋ ਜਾਂਦਾ ਸੇਮ ਸੇਮ ਤਰ੍ਹਾਂ ਦਾ ਕੰਮ ਕਰਕੇ ਨਾ ਤੇ ਮੈਨੂੰ ਬੜਾ ਸ਼ੌਕ ਹੈ ਐਕਸਪੈਰੀਮੈਂਟ ਕਰਨ ਦਾ ਲੁੱਕ ਦੇ ਨਾਲ ਫਿਲਮ ਦੀ ਮਤਲਬ ਫਿਲਮ ਇਹ ਸਭ ਚੀਜ਼ਾਂ ਨਾਲ ਮੈਨੂੰ ਲੱਗਦਾ ਕਿ ਯਾਰ ਸਿਨੇਮਾ ਕਹਿੰਦਾ ਹੀ ਇਸ ਨੂੰ ਹੈ ਹਨਾ ਕਿ ਅਸਲ ਜ਼ਿੰਦਗੀ ਦਾ ਪਰਛਾਵਾਂ ਉਹਦੇ ਤੇ ਨਹੀਂ ਪੈਣਾ ਚਾਹੀਦਾ ਜੋ ਗੁਰਨਾਮ रियलिटी जो है वो फिल्म ਦੇ ਵਿੱਚ ਨਾ ਦਿਖੇ ਉਹਨਾਂ ਉਹਨਾਂ ਮੈਂ ਸਮਝਦਾ ਕਿ ਮੈਂ ਜਿਆਦਾ ਅੱਛਾ ਕੰਮ ਕਰ ਪਾਇਆ ਤੇ ਇਹ ਫਿਲਮ ਦੇ ਵਿੱਚ ਮੈਂ ਇੱਕ ਨਵਾਂ ਕੈਰੈਕਟਰ ਕਰਨਾ ਚਾਹੁੰਦਾ ਸੀ ਬਾਕੀ ਦੇਖਦੇ ਹਾਂ ਹੁਣ ਕਿੰਨਾ ਮੈਂ ਕਿੰਨਾ ਬਿਹਤਰ ਕਰ ਪਾਇਆ ਉਹ 24 ਨਵੰਬਰ ਨੂੰ ਸਾਰਿਆਂ ਨੂੰ ਪਤਾ ਲੱਗੇਗਾ। ਹਾਂ ਬਿਲਕੁਲ ਤੇ ਪਹਿਲੇ ਮੂਵੀ ਦੀ ਰਿਲੀਜ਼ਿੰਗ ਡੇਟ ਕੋਈ ਹੋਰ ਸੀਗੀ ਪਹਿਲੇ ਪਤਾ ਲੱਗਾ ਸੀ। ਹਾਂਜੀ ਦੋ ਦੋ ਵਾਰ ਇਹ ਫਿਲਮ ਦੀ ਡੇਟ ਸ਼ਿਫਟ ਹੋਈ ਹੈ ਪਹਿਲਾਂ ਜੁਲਾਈ ਚ ਜੂਨ ਚ ਰਿਲੀਜ਼ ਹੋ ਰਹੀ ਸੀ ਫਿਰ ਅਕਤੂਬਰ ਚ ਰਿਲੀਜ਼ ਹੋ ਰਹੀ ਸੀ ਫਿਰ ਫਾਈਨਲੀ ਜੋ ਵੀ ਨੰਬਰ ਨੂੰ ਰਿਲੀਜ਼ ਹੋ ਰਹੀ ਹੈ ਸੋ ਕਿਉਂਕਿ ਇਹਦੇ ਵਿੱਚ VFX ਦਾ ਕਾਫੀ ਕੰਮ ਹੈ ਇਸ ਫਿਲਮ ਚ ਤੇ ਉਹਦੇ ਲਈ ਟਾਈਮ ਲੱਗਦਾ ਗਿਆ ਲੱਗਦਾ ਗਿਆ ਤਾਂ ਕੁਝ ਫਿਰ ਵਿੱਚ ਡੇਟਾਂ ਡੇਟਸ ਨਹੀਂ ਸੀ ਅਵੇਲੇਬਲ ਜਿਹੜੀਆਂ ਆਲਰੇਡੀ ਹੋਰ ਫਿਲਮਾਂ ਫਿਰ ਉਹ ਅੱਗੇ ਪਿੱਛੇ ਆ ਗਈਆਂ ਤਾਂ ਫਿਰ ਚੇਂਜ ਕਰਨੀ ਪਈ ਡੇਟ ਮੈਂ ਰੂਪੀ ਮੈਮ ਦੀ ਗੱਲ ਕੀਤੀ ਸੀ ਸਟਾਰਟਿੰਗ ਤੋਂ ਬਈ ਡਾਇਮੰਡ ਦੇ ਚਾਂਜਰ ਪਾ ਲਾਗੇ ਉਸ ਵਿੱਚ ਤੁਹਾਡੀ ਜੋੜੀ ਜਿਹੜੀ ਸੁਪਰੀਟ ਰੇ ਸੀਗੀ ਅੱਜ ਵੀ ਲੋਕੀ ਉਸ ਗਾਣੇ ਨੂੰ ਯਾਦ ਕਰਦੇ ਗੁੰਗੁਣਾਉਂਦੇ ਨੇ ਤੇ ਆ ਮੂਵੀ ਵਿੱਚ ਕਿਸਾਂ ਦੀ ਆਸਾਂ ਉਮੀਦਾਂ ਨੇ ਅਸੀਂ ਬਹੁਤ ਐਕਸਾਈਟਿਡ ਆ ਜੀ ਔਰ ਮੈਂ ਤੇ ਰੂਪੀ ਪਹਿਲੀ ਵਾਰ ਆਫਟਰ ਡਾਇਮੰਡ ਅਸੀਂ ਕਦੀ ਉਸ ਤੋਂ ਬਾਅਦ ਕੋਈ ਗਾਣਾ ਨਹੀਂ ਕੀਤਾ ਕੋਈ ਫਿਲਮ ਨਹੀਂ ਕੀਤੀ ਸਿੱਧਾ ਅਸੀਂ ਫਿਲਮ ਕਰ ਰਹੇ ਆ ਤੇ ਰੂਪੀ ਵੀ ਬਹੁਤ ਐਕਸਾਈਟਿਡ ਆ ਵੀ ਬਹੁਤ ਖੁਸ਼ ਹੈ ਤੇ ਅਸੀਂ ਚਾਹੁੰਦੇ ਆ ਕਿ ਜਿਸ ਤਰ੍ਹਾਂ ਦਾ ਪਿਆਰ ਡਾਇਮੰਡ ਗਾਣੇ ਨੂੰ ਮਿਲਿਆ ਇਸ ਫਿਲਮ ਨੂੰ ਵੀ ਮਿਲੇ ਤੇ ਇਹ ਫਿਲਮ ਵੀ ਸੁਪਰ ਡੂਪਰ ਹਿੱਟ ਜਾਵੇ ਤੇ ਅਸੀਂ ਹੋਰ ਫਿਲਮਾਂ ਕਰੀਏ ਕੰਟੈਂਟ ਬੇਸ ਲੋਕੀ ਨੂੰ ਪਸੰਦ ਕਰਦੇ ਨੇ ਵੀ ਕੰਟੈਂਟ ਨਵਾਂ ਹੋਵੇ ਤਾਂ ਲੋਕਾਂ ਨੂੰ ਮੂਵੀ ਵੀ ਪਸੰਦ ਆਉਂਦੀ ਆ ਤਾਂ ਤੁਸੀਂ ਨਵਾਂ ਕੀ ਲੈ ਕੇ ਆਏ ਲੋਕਾਂ ਵਾਸਤੇ ਇਹ ਫਿਲਮ ਵਿੱਚ ਸਾਰਾ ਕੁਝ ਹੀ ਨਵਾਂ ਹੈ ਜੀ ਇਹਦੀ ਕਹਾਣੀ ਨਵੀਂ ਹੈ ਇਹਦਾ ਮਿਊਜ਼ਿਕ ਬਹੁਤ ਨਵਾਂ ਹੈ ਇਹਦੇ ਵਿੱਚ ਜੋ ਕੈਰੈਕਟਰਸ ਅਸੀਂ ਬਣਾਏ ਆ ਉਹ ਨਵੇਂ ਨੇ ਤੁਹਾਡੇ ਲੁੱਕ ਬੜੀ ਨਵੀਂ ਹੈ ਮੇਰੀ ਲੁੱਕ ਬਹੁਤ ਨਵੀਂ ਹੈ ਹਾਂਜੀ ਕੈਰੈਕਟਰ ਜਿਹੜਾ ਜਿਹੜਾ ਸਟਾਰ ਕੈਰੈਕਟਰ ਹੁੰਦਾ ਸਾਡੀ ਫਿਲਮ ਚ ਮੈਨੂੰ ਲੱਗਦਾ ਉਹ ਬਹੁਤ ਕੁਝ ਕੈਰੀ ਕਰਦਾ ਤੇ ਉਹਦੇ ਨਾਲ ਬਹੁਤ ਕੁਝ ਜੁੜਿਆ ਹੁੰਦਾ ਫਿਲਮ ਦਾ ਕਿ ਅਸੀਂ ਲੁੱਕ ਨਵੀਂ ਕਰਤੀ ਤਾਂ ਉਹਦੇ ਨਾਲ ਹੀ ਬਹੁਤ ਚੀਜ਼ਾਂ ਨਵੀਆਂ ਹੋ ਗਈਆਂ ਔਰ ਇਹ ਨਹੀਂ ਕਿ ਸਿਰਫ ਲੁੱਕ ਐਕਟਿੰਗ ਉਹ ਕੈਰੈਕਟਰ ਉਹ ਤੁਹਾਨੂੰ ਹਰ ਤੁਸੀਂ ਉਹ ਮੇਰੇ ਮੇਰੀ ਕਿਸੇ ਫਿਲਮ ਚ ਪਹਿਲਾਂ ਨਹੀਂ ਦੇਖਿਆ ਹੋਵੇਗਾ ਕਹਿੰਦੇ ਘਰ ਦੇ ਬਾਗੇ ਵੀੜੇ ਤੋਂ ਪਤਾ ਲੱਗ ਜਾਂਦੇ ਨੇ ਤੇ ਜਿਹਨੂੰ ਟ੍ਰੇਲਰ ਰਿਲੀਜ਼ ਹੋਇਆ ਸੀਗਾ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ ਟ੍ਰੇਲਰ ਜੀ ਹਾਂ ਜੀ ਮੈਨੂੰ ਇਸ ਟ੍ਰੇਲਰ ਲਈ ਬਹੁਤ ਮੇਰੇ ਆਪਣੇ ਦੋਸਤਾਂ ਨੇ ਮੈਨੂੰ ਥੀਏਟਰ ਦੇ ਜਿਹੜੇ ਮੇਰੇ ਦੋਸਤ ਜਿਨਾਂ ਨਾਲ ਮੈਂ ਥੀਏਟਰ ਕਰਦਾ ਰਿਹਾ ਕਾਲਜ 'ਚ ਜਾਂ ਸਕੂਲ 'ਚ ਉਹਨਾਂ ਦੇ ਮੈਨੂੰ ਬਹੁਤ ਫੋਨ ਆਏ ਕਿ ਯਾਰ ਅਸੀਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਤੂੰ ਕੁਝ ਨਵਾਂ ਟਰਾਈ ਕੀਤਾ ਤੇ ਬਾਕੀ ਬਾਕਸ ਆਫਿਸ ਜਿੰਦਾਬਾਦ ਹੈ ਜੀ ਜਦੋਂ ਉਹ ਸਭ ਦਾ ਸਭ ਦਾ ਵੱਡਾ ਬਾਸ ਸਭ ਤੋਂ ਵੱਡਾ ਆਡੀਅנס ਸਭ ਤੋਂ ਵੱਡੀ ਐਪਰੀਸੀਏਸ਼ਨ ਫਰਾਈਡੇ ਹੈ ਤੇ ਅਸੀਂ ਬਹੁਤ ਐਕਸਾਈਟਿਡ ਵੀ ਹਾਂ ਤੇ ਵਿਸ਼ ਕਰ ਰਹੇ ਹਾਂ ਕਿ ਸਭ ਚੰਗਾ ਹੋਵੇ ਪਹਿਲੀ ਨਜ਼ਰ ਵਿੱਚ ਜਿਹੜਾ ਅਸੀਂ ਵੀ ਦੇਖਿਆ ਨਾ ਅਸੀਂ ਨਹੀਂ ਪਛਾਣਿਆ ਹੋਏ ਗੁਰਨਾਮ ਖੁੱਲਰ ਦਾ ਪੋਸਟਰ ਹੈ ਤੁਸੀਂ ਪਛਾਣ ਲਿਆ ਸੀਗਾ ਹਾਂ ਮੈਂ ਤਾਂ ਪਛਾਣ ਹੀ ਲੈਣਾ ਸੀ ਜੀ ਮੇਰਾ ਹੀ ਕਾਫੀ ਡਿਫਰੈਂਟ ਲੁੱਕ ਆ ਮਤਲਬ ਕਿ ਕਹਿਣਾ ਚਾਹੁੰਦੇ ਹੋ ਵੀ ਇਹ ਇਹ ਲੁੱਕ ਕਿਉਂ ਇਨੀ ਡਿਫਰੈਂਟ ਆ ਇਹੋ ਕਿ ਉਹ ਕੈਰੈਕਟਰ ਦੀ ਡਿਮਾਂਡ ਹੈ ਜੀ ਮੈਂ ਤੁਸੀਂ ਜਦੋਂ ਫਿਲਮ ਦੇਖੋਗੇ ਨਾ ਤੇ ਉਹ ਉਹ ਬੰਦੇ ਦੀ ਜ਼ਿੰਦਗੀ ਇੰਨੀ ਬਦਲ ਜਾਂਦੀ ਹੈ ਕਿ ਉਹ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਪਹੁੰਚ ਜਾਂਦਾ ਹੈ ਕਿ ਇਸ ਕਿੰਨਾ ਹਾਲਾਤਾਂ ਲਈ ਉਹ ਦੂਜਾ ਇੱਕ ਨਵਾਂ ਪੰਨ ਵੀ ਮੈਨੂੰ ਲੱਗਦਾ ਹੈ ਕਿ ਯਾਰ ਮੈਂ ਤਾਂ ਆਪ ਬੋਰ ਹੋ ਜਾਂਦਾ ਸੇਮ ਸੇਮ ਤਰ੍ਹਾਂ ਦਾ ਕੰਮ ਕਰਕੇ ਮੈਨੂੰ ਬੜਾ ਮੈਨੂੰ ਮੇਕਅਪ ਦੇ ਨਾਲ ਐਕਸਪੈਰੀਮੈਂਟ ਕਰਨਾ ਬਹੁਤ ਵਧੀਆ ਲੱਗਦਾ ਤੇ ਤਾਂ ਹੀ ਅਸੀਂ ਸਾਰਿਆਂ ਨੇ ਇਸਲਾਹ ਕੀਤੀ ਵੀਰ ਕੁਝ ਨਵਾਂ ਕਰਦੇ ਆਂ ਦੇਖਦੇ ਆਂ ਕੀ ਬਣਾ ਇਸ ਮੂਵੀ ਦਾ ਟਾਈਟਲ ਪ੍ਰਿੰਦਾ ਪਾਰ ਗਿਆ ਪ੍ਰਿੰਦਾ ਪਾਰ ਜਾਂਦਾ ਕਿੱਥੇ ਹੈ ਪਰਿੰਦਾ ਪਾਰ ਗਿਆ ਜੀ ਇਹ ਤਾਂ ਬੇਸਿਕਲੀ ਇਹ ਫਿਲਮ ਦੇ ਵਿੱਚ ਉਹ ਯੂਕੇ ਪਹੁੰਚਦਾ ਤੇ ਪਰ ਹੋਰ ਵੀ ਉਹ ਜ਼ਿੰਦਗੀ ਦੇ ਵਿੱਚ ਉਹਦੀ ਚ ਐ ਬਹੁਤ ਚੀਜ਼ਾਂ ਹੁੰਦੀਆਂ ਜਿਹਦੇ ਚ ਲੱਗਦਾ ਕਿ ਪਰਿੰਦਾ ਪਾਰ ਗਿਆ ਸ਼ੂਟਿੰਗ ਵਗੈਰਾ ਦੀ ਗੱਲ ਕਰੀ ਤਾਂ ਸ਼ੂਟਿੰਗ ਜਿਆਦਾ ਕਿੱਥੇ ਹੋਈ ਸ਼ੂਟਿੰਗ ਜਿਆਦਾ ਮਤਲਬ 50% ਸ਼ੂਟਿੰਗ ਜਿਹੜੀ ਹੈ ਯੂਕੇ ਹੋਈ ਹੈ ਜੀ ਬਾਕੀ ਇੰਡੀਆ ਸ਼ੂਟ ਹੋਈ ਹੈ ਫਿਲਮ ਇੱਥੇ ਚੰਡੀਗੜ੍ਹ ਦੇ ਆਸਪਾਸ ਕਿੰਨੇ ਕੁ ਉਮੀਦਾਂ ਨੇ ਕਿਉਂਕਿ ਪੰਜਾਬੀ ਸਿਨੇਮਾ ਨੂੰ ਬਹੁਤ ਸਾਰੀਆਂ ਜਿਹੜੀ ਮੂਵੀਜ਼ ਮਿਲੀਆਂ ਨੇ ਔਰ ਕੰਟੈਂਟ ਬੇਸ ਮੂਵੀ ਮਿਲੀਆਂ ਨੇ ਉਹ ਪਸੰਦ ਵੀ ਕਾਫੀ ਕਿਤੇ ਜਾਣੇ ਹਿੱਟ ਵੀ ਕਾਫੀ ਹੋ ਰਹੀ ਨੇ ਕਿੰਨੇ ਕੁ ਉਮੀਦਾਂ ਥਣਮ ਮੈਨੂੰ ਮੈਨੂੰ ਇਹ ਲੱਗਦਾ ਹੈ ਕਿ ਇੱਕ ਕਲਾਕਾਰ ਇੱਕ ਆਰਟਿਸਟ ਜਦੋਂ ਇੱਕ ਸਕ੍ਰਿਪਟ ਸੁਣਦਾ ਨਾ ਉਹਦੇ ਲਈ ਉਹਦੋਂ ਹੀ ਸੁਪਰ ਹਿੱਟ ਹੁੰਦੀ ਆ ਉਹ ਫੇਰ ਹੀ ਉਹਦੇ ਤੇ ਕੰਮ ਕਰਦਾ ਫੇਰ ਹੀ ਉਹਨੇ ਇੰਨੀ ਮਿਹਨਤ ਕਰਦਾ ਤੇ ਫਿਲਮ ਜਿਹੜੀ ਆ ਉਹ ਇੱਕ ਟੀਮ ਵਰਕ ਹੈ ਉਹਦੇ ਚ ਸਾਰਿਆਂ ਦਾ ਬਰਾਬਰ ਦਾ ਰੋਲ ਆ ਮਾਰਕੀਟਿੰਗ ਦਾ ਕਮਰਸ਼ਲ ਚੀਜ਼ਾਂ ਦਾ ਮੇਕਅਪ ਦਾ ਡਾਇਰੈਕਟਰ ਦਾ ਸਕ੍ਰਿਪਟ ਰਾਈਟਰ ਦਾ ਸੋ ਉਹ ਕਈ ਵਾਰੀ ਹੁੰਦਾ ਹੈ ਕਿ ਉਹ ਸੁਰ ਲੱਗ ਜਾਂਦਾ ਕਈ ਵਾਰੀ ਉਹ ਸੁਰ ਨਹੀਂ ਲੱਗਦਾ ਹਨ ਜਿਵੇਂ ਤੁਸੀਂ ਦੇਖਿਆ ਵੀ ਇੰਡੀਆ ਟੀਮ 8 ਮੈਚ ਲਗਾਤਾਰ ਜਿੱਤੀ ਜਿੱਤੀ ਜਾਂਦੀ ਆਈ ਪਰ ਇੱਕ ਮੈਚ ਜਿਹੜਾ ਬਸ ਉਹ ਸੁਰ ਨਹੀਂ ਲੱਗਿਆ ਹਨ ਸੋ ਉਵੇਂ ਇਸ ਫਿਲਮ ਵਿੱਚ ਸੁਰ ਲੱਗੇਗਾ ਇਹ ਤਾਂ ਹੁਣ 24 ਨਵੰਬਰ ਦੱਸੋਗੀ ਜੀ ਮੈਨੂੰ ਇਹ ਲੱਗਦਾ ਕਿ ਪਹਿਲਾਂ ਮੈਂ ਕਹੀ ਕਿ ਸੁਪਰ ਹਿੱਟ ਹੈ ਸੁਪਰ ਹਿੱਟ ਹੈ ਬਹੁਤ ਕਮਾਲ ਹੈ ਫ੍ਰਾਈਡੇ ਨੇ ਡਿਸਾਈਡ ਕਰਨਾ ਪਰ ਅਸੀਂ ਸਾਰਿਆਂ ਨੇ ਜੋ ਸਾਨੂੰ ਜੋ ਕੰਡੀਸ਼ਨ ਮਿਲੀ ਜੋ ਚੀਜ਼ਾਂ ਮਿਲੀਆਂ ਮਤਲਬ ਅਸੀਂ ਆਪਣਾ ਬੈਸਟ ਦੇਣ ਦੀ ਟਰਾਈ ਕੀਤੀ ਜੋ ਸ਼ਾਇਦ ਜਿੰਨਾ ਸਾਡੇ ਕੋਲ ਨਹੀਂ ਸੀ ਉਸ ਤੋਂ ਵੀ ਜ਼ਿਆਦਾ ਇਨਪੁਟ ਅਸੀਂ ਇਸ ਫਿਲਮ ਦੇ ਵਿੱਚ ਪਾਇਆ ਆਲਮੋਸਟ ਇੱਕ ਸਾਲ ਲੱਗਾ ਇਸ ਫਿਲਮ ਨੂੰ ਸ਼ੂਟ ਹੁੰਦੇ ਹੁੰਦੇ ਦੀ ਪ੍ਰੀਪ੍ਰੋਡਕਸ਼ਨ ਤੇ ਕਾਫੀ ਅਸੀਂ ਮਿਹਨਤ ਕੀਤੀ ਤੇ ਅਸੀਂ ਆਪਣਾ ਬੈਸਟ ਦਿੱਤਾ ਹੈ ਬਾਕੀ ਆਡੀਅנס 24 ਨੰਬਰ ਨੂੰ ਜੋ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਖਾਸ ਹੈ ਤੁਸੀਂ ਪਹੁੰਚੋ ਜੀ ਫਰਾਈਡੇ ਨੂੰ ਹੁਣ ਵੈਸੇ ਵੀ ਫਿਲਮਾਂ ਫਿਲਮ ਕੋਈ ਹੈ ਫਿਲਹਾਲ ਹੈ ਵੀ ਨਹੀਂ ਗਈ ਤੇ ਟਾਈਗਰ ਸਰੀ ਤੋਂ ਬਾਅਦ ਹੁਣ ਕਾਫੀ ਚਿਰ ਬਾਅਦ ਇੱਕ ਪੰਜਾਬੀ ਫਿਲਮ ਆ ਰਹੀ ਹੈ ਤਾਂ ਚੱਕ ਦੋ ਫੱਟੇ ਬਸ ਪਹੁੰਚੋ ਥੀਏਟਰਾਂ 'ਚ ਤਾਂ ਬਿਲਕੁਲ ਜੀ ਚੱਕ ਦੋ ਫੱਟੇ 24 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਮੂਵੀ ਪਰਿੰਦਾ ਪਾਰ ਗਿਆ ਜਿਸ ਵਿੱਚ ਗੁਰਨਾਮ ਪੁੱਲਰ ਤੇ ਰੂਪੀ ਇਹ ਜਿਹੜੀ ਗਿੱਲ ਨੇ ਉਹਨਾਂ ਦੀ ਜੋੜੀ ਬਾ ਕਮਾਲ ਜਿਹੜੀ ਕਰਦੀ ਹੋਈ ਵਿਖਾਈ ਦੇਵੇਗੀ ਕਿਉਂਕਿ ਡਾਇਮੰਡ ਜਿਹੜਾ ਗਾਣਾ ਆਇਆ ਸੀਗਾ ਉਸ ਵਿੱਚ ਸੁਪਰ ਹਿੱਟ ਇਹ ਜੋੜੀ ਰਹੀ ਸੀ ਤਾਂ ਇੱਕ ਵਾਰ ਫੇਰ ਇਹ ਜੋੜੀ ਜਿਹੜੀ ਕਿਸੇ ਮੂਵੀ ਵਿੱਚ ਆ ਰਹੀ ਹੈ 24 ਨਵੰਬਰ ਨੂੰ ਲੋਕਾਂ ਨੂੰ ਵੀ ਖਾਸ ਇਹ ਹੀ ਅਪੀਲ ਕੀਤੀ ਜਾ ਰਹੀ ਹੈ ਵੀ 24 ਨਵੰਬਰ ਨੂੰ ਇਹ ਜਿਹੜੀ ਮੂਵੀ ਰਿਲੀਜ਼ ਹੋਣ ਜਾ ਰਹੀ ਹੈ ਇਸ ਨੂੰ ਜ਼ਰੂਰ ਦੇਖਣ ਔਰ ਨਵੀਂ ਚੀਜ਼ ਨਵਾਂ ਕੰਟੈਂਟ ਜ਼ਰੂਰ ਵੇਖਣ ਨੂੰ ਮਿਲੇਗਾ ਇਸ ਮੂਵੀ ਵਿੱਚ ਕਿਉਂਕਿ ਗੁਨਾਮ ਭਾਜ ਦਾ ਜਿਹੜਾ ਕੈਰੇਕਟਰ ਹੈ ਬਹੁਤ ਹੀ ਵਧੀਆ ਕੈਰੇਕਟਰ ਹੈ ਔਰ ਇਹਨਾਂ ਦੀ ਲੁੱਕ ਜਿਹੜੀ ਦੇਖ ਕੇ ਤੁਸੀਂ ਬਿਲਕੁਲ ਜਮਤ ਹੋਸ਼ ਹੋਣ ਵਾਲਿਓ ਕਿਆ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਦੇ ਆਧਨਿਕ ਸੁਰਾ ਟੀਵੀ ਅੰਮ੍ਰਿਤਸਰ